ਮੂਸਾਪੁਰ ਗੁਰਮੁਖੋ ਇਲਾਕੇ ਦੇ ਵਿੱਚ ਭਾਈ ਸੁੰਦਰ ਦਾਸ ਸਿਆਣ ਗੁਰਮੁਖ ਰਹਿੰਦਾ ਸੀ। ਇਹ ਬਚਪਨ ਦੇ ਵਿੱਚ ਹੀ ਸਾਧੂ ਸੰਤ ਮਹਾਤਮਾ ਦੀ ਸੇਵਾ ਬਹੁਤ ਪਿਆਰ ਦੇ ਨਾਲ ਕਰਦਾ ਸੀ ਤੇ ਸੇਵਾ ਕਰਦਿਆਂ ਕਰਦਿਆਂ ਇਹਦੇ ਅੰਦਰ ਵਿਰਾਗ ਪੈਦਾ ਹੋ ਗਿਆ। ਭਾਈ ਸੁੰਦਰ ਦਾਸ ਸਿਆਣ ਦੇ ਅੰਦਰ ਵਿਰਾਗ ਪੈਦਾ ਹੋ ਗਿਆ, ਇਹ ਵਿਰਾਗੀ ਬਣ ਗਿਆ। ਇਹ ਇੰਨਾ ਵਿਰਾਗੀ ਬਣ ਗਿਆ, ਇੰਨਾ ਵਿਰਾਗੀ ਬਣ ਗਿਆ, ਘਰ ਬਾਰ ਛੱਡ ਕੇ ਨਾ ਇੱਕ ਉੱਚੇ ਕਿਲੇ ਦੇ ਵਿੱਚ ਅੰਦਰ ਚੌਂਕੜਾ ਮਾਰ ਕੇ ਬੈਠ ਗਿਆ ਹੈ ਤੇ ਭਗਤੀ ਕਰਦਾ ਹੈ। ਤੇ ਪਰ ਅੰਦਰੋਂ ਗੁਰਮੁਖ ਅਜੇ ਜੋ ਦਾਤ ਇਹ ਮੰਗਦਾ ਹੈ ਅਜੇ ਉਹ ਦਾਤ ਦੀ ਇਹਨੂੰ ਪ੍ਰਾਪਤੀ ਨਹੀਂ ਹੋਈ। ਇਹ ਚਾਹੁੰਦਾ ਹੈ ਮੇਰੇ ਅੰਦਰ ਰਸ ਆ ਜਾਵੇ, ਖੇੜਾ ਆ ਜਾਵੇ, ਘਰ ਬਾਰ ਵੀ ਮੈਂ ਛੱਡਿਆ ਹੈ, ਉੱਚੇ ਕਿਲੇ ਵਿੱਚ ਆ ਕੇ ਬੈਠਾ ਹਾਂ, ਪਰ ਅੰਦਰ ਮੈਨੂੰ ਉਹ ਰਸ ਨਹੀਂ ਆ ਰਿਹਾ ਜਿਹੜਾ ਰਸ ਮੈਨੂੰ ਚਾਹੀਦਾ ਹੈ। ਭਾਗਾਂ ਵਾਲੇ ਇਹ ਰਸ ਕਿਹੜਾ ਮੰਗਦਾ ਸੀ, ਕਿਹੜਾ ਆਨੰਦ ਮੰਗਦਾ ਸੀ? ਉਹ ਆਨੰਦ ਤਾਂ ਗੁਰੂ ਦੇ ਕੋਲੋਂ ਮਿਲਣਾ ਹੈ, ਉਹ ਦਾਤ ਤਾਂ ਗੁਰੂ ਦੇ ਹੱਟ ਤੋਂ ਮਿਲਣੀ ਹੈ। ਗੁਰਮੁਖੋ ਉਹ ਦਾਤ ਕਿਹੜੀ ਹੈ? ਆਨੰਦ। ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਭਾਗਾਂ ਵਾਲਿਓ ਇਹ ਪਰਮੇਸ਼ਰ ਦੇ ਚਰਨਾਂ ਦੀ ਬੇਨਤੀ ਕਰਦਾ ਹੈ, ਹੇ ਪਰਮੇਸ਼ਰ ਵੇਖ ਮੈਂ ਘਰ ਬਾਰ ਵੀ ਛੱਡ ਦਿੱਤਾ ਹੈ, ਤੇਰੀ ਭਗਤੀ ਵੀ ਕਰ ਰਿਹਾ, ਪਰ ਮੈਨੂੰ ਅੰਦਰੋਂ ਆਨੰਦ ਨਹੀਂ ਆ ਰਿਹਾ, ਅੰਦਰੋਂ ਰਸ ਨਹੀਂ ਆ ਰਿਹਾ, ਕਿਰਪਾ ਕਰ, ਬਖਸ਼ਿਸ਼ ਕਰ। ਇਹ ਪਰਮੇਸ਼ਰ ਦੇ ਚਰਨਾਂ 'ਚ ਪੁਕਾਰਾਂ ਕਰ ਰਿਹਾ, ਪਰਮੇਸ਼ਰ ਜੀ ਕੋਈ ਵਿੱਧ ਬਣਾਓ, ਹੇ ਰੱਬ ਜੀ ਕੋਈ ਵਿੱਧ ਬਣਾਓ, ਮੇਰੇ ਅੰਦਰ ਰਸ ਆ ਜਾਵੇ, ਮੇਰੇ ਅੰਦਰ ਖੇੜਾ ਆ ਜਾਵੇ, ਮੇਰੇ ਅੰਦਰ ਆਨੰਦ ਆ ਜਾਵੇ। ਉਸ ਵੇਲੇ ਪਰਮੇਸ਼ਰ ਦੇ ਸਰੂਪ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਆਪ ਨਰਾਇਣ ਕਲਾ ਧਾਰ ਜਗ ਮੇ ਪਰਵਰਿਓ। ਜਦੋਂ ਇਹਨੇ ਪਰਮੇਸ਼ਰ ਦੇ ਚਰਨ ਵਾਰ ਵਾਰ ਬੇਨਤੀ ਕੀਤੀ ਤੇ ਪਰਮੇਸ਼ਰ ਦੇ ਸਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਮੂਸਾਪੁਰ ਪਿੰਡ ਦੇ ਵਿੱਚ ਪਹੁੰਚੇ ਨੇ। ਸਤਿਗੁਰ ਜੀ ਨਾਲ ਭਾਈ ਮਰਦਾਨਾ ਜੀ ਨੇ ਸਤਿਗੁਰੂ ਸਦਾਈ ਉਹ ਕਿਲੇ ਦੇ ਵਿੱਚ ਪਹੁੰਚੇ ਜਿੱਥੇ ਇਹ ਬੈਠ ਕੇ ਭਗਤੀ ਕਰ ਰਿਹਾ ਸੀ ਤੇ ਪਰਮੇਸ਼ਰ ਦੇ ਚਰਨਾਂ 'ਚ ਪੁਕਾਰਾਂ ਪਿਆ ਕਰਦਾ ਸੀ। ਸਤਿਗੁਰ ਨੇ ਜਿਸ ਵੇਲੇ ਉੱਥੇ ਆਖਿਆ, ਭਾਈ ਮਰਦਾਨਾ ਜੀ ਰਬਾਬ ਛੇੜੋ, ਉਸ ਪਰਮੇਸ਼ਰ ਦੀ ਸਿਫਤ ਕਰੀਏ। ਸਤਿਗੁਰ ਨੇ ਕੀਰਤਨ ਸ਼ੁਰੂ ਕੀਤਾ ਭਾਗਾਂ ਵਾਲਿਓ, ਇਹਨੇ ਆਪਣੇ ਨੇਤਰ ਖੋਲ੍ਹੇ ਤੇ ਕੀ ਵੇਖਿਆ, ਸਾਹਮਣੇ ਆਪ ਪਰਮੇਸ਼ਰ ਦੇ ਸਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਹੋਏ ਨੇ। ਦਰਸ਼ਨ ਕਰਕੇ ਇਹਦੇ ਅੰਦਰ ਖੁਸ਼ੀ ਪੈਦਾ ਹੋ ਗਈ, ਗੁਰਮੁਖੋ ਇਹਨੂੰ ਚਾਹ ਚੜ ਗਿਆ, ਇਹਨੇ ਜਾ ਕੇ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ। ਹੇ ਗਰੀਬ ਨਿਵਾਜ ਜੀ, ਤੁਸੀਂ ਆ ਕੇ ਮੈਨੂੰ ਦਰਸ਼ਨ ਦਿੱਤੇ, ਸਤਿਗੁਰੂ ਜੀ ਤੁਹਾਡੇ ਸ਼ੁਕਰਾਨੇ, ਤੁਹਾਡੇ ਦਰਸ਼ਨ ਕਰਕੇ ਉਹ ਠੰਡ ਪੈ ਗਈ, ਉਹ ਠੰਡ ਪੈ ਗਈ ਜਿਹੜੀ ਠੰਡ ਲੈਣ ਵਾਸਤੇ ਮੈਂ ਕਈ ਸਾਲਾਂ ਤੋਂ ਪੁਕਾਰਾਂ ਪਿਆ ਕਰਦਾ ਸਾਂ। ਪਾਗਾਂ ਵਾਲਿਓ ਇਹਨੇ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ, ਹੈ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਤੁਸੀਂ ਕਿਰਪਾ ਕੀਤੀ ਹੈ, ਮੈਨੂੰ ਆ ਕੇ ਦਰਸ਼ਨ ਦਿੱਤੇ ਨੇ, ਹੁਣ ਜਿਹੜਾ ਆਨੰਦ ਮੇਰੇ ਅੰਦਰ ਬਣਿਆ ਨਾ, ਕਿਰਪਾ ਕਰਿਓ ਇਹ ਆਨੰਦ ਮੇਰੇ ਅੰਦਰ ਬਣਿਆ ਹੀ ਰਵੇ। ਮਹਾਰਾਜ ਜੀ ਇਹ ਆਨੰਦ ਇਹ ਖੇੜਾ ਅੰਦਰ ਬਣਿਆ ਹੀ ਰਵੇ। ਸਤਿਗੁਰੂ ਜੀ ਮੈਂ ਘਰ ਬਾਰ ਵੀ ਛੱਡਿਆ, ਇੱਥੇ ਆ ਕੇ ਬੈਠ ਗਿਆ,
ਪਰ ਮੈਨੂੰ ਉਹ ਆਨੰਦ ਨਹੀਂ ਸੀ ਮਿਲਿਆ। ਅੱਜ ਤੁਹਾਡੇ ਦਰਸ਼ਨ ਕਰਕੇ ਮੈਨੂੰ ਉਹ ਆਨੰਦ ਮਿਲ ਗਿਆ ਹੈ ਮਹਾਰਾਜ ਜੀ, ਅੰਦਰ ਮੇਰੇ ਚਾਅ ਚੜ ਗਿਆ ਹੈ, ਕਿਰਪਾ ਕਰੇ ਹੁਣ ਆਨੰਦ ਬਣਿਆ ਰਵੇ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ, ਭਾਈ ਸਿਆਣ ਦਾਸ, ਜ਼ਰੂਰੀ ਨਹੀਂ ਘਰ ਬਾਰ ਛੱਡ ਕੇ ਆਨੰਦ ਮਿਲਦਾ ਹੈ, ਘਰ ਪਰਿਵਾਰ ਵਿੱਚ ਰਹਿ ਕੇ ਵੀ ਜੇ ਪਰਮੇਸ਼ਰ ਨੂੰ ਯਾਦ ਕੀਤਾ ਜਾਵੇ ਨਾ, ਚੰਗੇ ਕਰਮ ਕੀਤੇ ਜਾਣ ਤਾਂ ਵੀ ਗ੍ਰਸਥ ਵਿੱਚ ਰਹਿੰਦਿਆਂ ਵੀ ਆਨੰਦ ਮਿਲ ਜਾਂਦਾ ਹੈ। ਸਤਿਗੁਰੂ ਗ੍ਰਸਥ ਵਿੱਚ ਰਹਿੰਦਿਆਂ ਵੀ ਆਨੰਦ ਮਿਲ ਜਾਂਦਾ ਹੈ। ਸਤਿਗੁਰੂ ਜੀ ਆਖਣ ਲੱਗੇ, ਭਾਈ ਸਿਆਣ ਦਾਸ, ਮੈਂ ਵੀ ਤਾਂ ਗ੍ਰਸਥੀ ਹਾਂ, ਮੇਰੇ ਵੀ ਦੋਸਤ ਪੁੱਤਰ ਨੇ। ਸਤਿਗੁਰੂ ਤੁਸੀਂ ਗ੍ਰਸਥੀ ਹੋ? ਸਤਿਗੁਰੂ ਜੀ ਆਖਣ ਲੱਗੇ, ਮੈਂ ਵੀ ਗ੍ਰਸਥੀ ਹਾਂ, ਮੇਰੇ ਵੀ ਦੋਸਤ ਪੁੱਤਰ ਨੇ। ਉਹ ਭਾਈ ਸਿਆਣ ਦਾਸ, ਤੂੰ ਵੀ ਵਿਆਹ ਕਰਾ, ਗ੍ਰਸਥ ਰਹਿੰਦਿਆਂ ਉਸ ਪਰਮੇਸ਼ਰ ਦੀ ਭਗਤੀ ਕਰ, ਪਰਮੇਸ਼ਰ ਦਾ ਸਿਮਰਨ ਕਰ। ਭਾਗਾਂ ਵਾਲਿਓ, ਫਿਰ ਗੁਰੂ ਜੀ ਦਾ ਹੁਕਮ ਮੰਨ ਕੇ ਇਹਨੇ ਵੀ ਵਿਆਹ ਕਰਾਇਆ ਗੁਰਮੁਖੋ, ਅਤੇ ਇਹਦੇ ਘਰ ਚਾਰ ਸਪੁੱਤਰ ਹੋਏ। ਇਹਦੇ ਘਰ ਭਾਈ ਸੁੰਦਰ ਦਾਸ ਦੇ ਘਰ ਚਾਰ ਪੁੱਤਰ ਹੋਏ ਨੇ। ਫਿਰ ਭਾਗਾਂ ਵਾਲਿਓ, ਸਤਿਗੁਰ ਦੀ ਐਸੀ ਕਿਰਪਾ ਹੋਈ, ਇਹ ਭਾਈ ਸੁੰਦਰ ਦਾਸ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ, ਦੂਰ ਦੂਰ ਤੱਕ ਸਿੱਖੀ ਦਾ ਪ੍ਰਚਾਰ ਕੀਤਾ। ਗੁਰਮੁਖੋ ਐਸੀ ਕਿਰਪਾ ਵਰਤੀ, ਜਿਹੜਾ ਵੀ ਇਹਦੇ ਕੋਲ ਆਉਂਦਾ ਹੈ ਉਹਨੂੰ ਸੱਚ ਨਾਲ ਜੋੜਦਾ ਹੈ, ਸ਼ਬਦ ਨਾਲ ਜੋੜਦਾ ਹੈ, ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਦਾ ਹੈ। ਕਿਉਂ? ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਵਰਤ ਰਹੀ ਹੈ। ਹੁਣ ਅੰਮ੍ਰਿਤ ਵੇਲੇ ਜਾਗਦਾ ਹੈ, ਸਿਮਰਨ ਕਰਦਾ ਹੈ, ਇਹਦਾ ਪਰਿਵਾਰ ਵੀ ਗੁਰਮੁਖੋ ਉਹ ਵੀ ਸਿੱਖੀ ਨਾਲ ਜੁੜ ਗਿਆ, ਪਰਿਵਾਰ ਵੀ ਇਹਦਾ। ਇੱਕ ਦਿਨ ਚੌਂਕੜਾ ਮਾਰ ਕੇ ਬੈਠਾ ਹੋਇਆ ਹੈ ਅਤੇ ਵਾਹਿਗੁਰੂ ਗੁਰਮੰਤਰ ਦੇ ਅਭਿਆਸ 'ਚ ਬੈਠਾ ਹੈ। ਪਾਗਾਂ ਵਾਲੇ ਗੁਰੂ ਨਾਨਕ ਦੇ ਪਿਆਰ ਦੇ ਵਿੱਚ ਵਾਹਿਗੁਰੂ ਗੁਰਮੰਤਰ ਜਪਦਾ ਪਿਆ ਹੈ, ਵਾਹਿਗੁਰੂ 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 ਵਾਹਿਗੁਰੂ। ਨਾਲ ਨਾਲ ਪਿਆਰ ਦੇ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਨਾਲ ਨਾਲ ਜਪਦਾ ਹੈ, ਨਾਲ ਨਾਲ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਵਿੱਚ ਵਿੱਚ ਪਿਆਰ ਆਉਂਦਾ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਜਪਦਾ ਹੈ। ਪਾਗਾਂ ਵਾਲਿਓ, ਇਹ ਪ੍ਰੇਮ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਦਾ ਹੈ। ਆਓ ਸਤਸੰਗੀਓ, ਅਸੀਂ ਵੀ ਤਰਲਾ ਪਾਈਏ, ਅਸੀਂ ਵੀ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰੀਏ। ਇਹ ਬੇਨਤੀ ਕਰਕੇ ਸਮਾਪਤੀ ਕਰਦੇ ਹਾਂ। ਆਪਣੀ ਭਗਤੀ ਲਾਏ, 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 ਆਪਣੀ ਭਗਤੀ ਲਾਏ।
ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਨਾਨਕ ਕੀ ਪ੍ਰਭ ਬੇਨਤੀ, 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 ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ ਜੀ, ਆਪਣੀ ਭਗਤੀ ਲਾਏ, 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 ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ ਜੀ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਪੜਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਭਾਗਾਂ ਵਾਲਿਓ, ਇਹ ਭਾਈ ਸੁੰਦਰ ਦਾਸ ਸਿਆਣ ਚੌਂਕੜਾ ਮੜ ਕੇ ਵਾਹਿਗੁਰੂ ਗੁਰਮੰਤਰ ਦੇ ਅਭਿਆਸ 'ਚ ਬੈਠਾ ਆ। ਵਾਹਿਗੁਰੂ ਵਾਹਿਗੁਰੂ ਜਪਦਿਆਂ, ਇਹ ਸ਼ਬਦ ਦਾ ਜਾਪ ਕਰਦਿਆਂ ਕਰਦਿਆਂ ਇਹ ਸ਼ਬਦ ਵਿੱਚ ਹੀ ਅਭੇਦ ਹੋ ਗਿਆ, ਸ਼ਬਦ ਵਿੱਚ ਹੀ। ਅਤੇ ਜਿੱਥੇ ਇਹਦਾ ਅਖੀਲਾ ਸਵਾਸ ਨਿਕਲਿਆ ਨਾ, ਉੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ। ਅਤੇ ਹਰ ਸਾਲ 3 ਦਿਨ ਗੁਰਮੁਖ ਉੱਥੇ ਗੁਰਮਤਿ ਸਮਾਗਮ ਹੁੰਦਾ, ਜੋਰ ਮੇਲਾ ਲੱਗਦਾ ਉੱਥੇ 10, 11 ਅਤੇ 12 ਅਪ੍ਰੈਲ ਨੂੰ। ਅੱਜ ਵੀ ਉਸ ਸਥਾਨ 'ਤੇ ਜੋੜ ਮੇਲਾ ਗੁਰਮੁਖ ਲੱਗਦਾ ਹੈ, ਉਸ ਨਗਰ ਦੇ ਵਿੱਚ, ਬਾਬਾ ਸੁੰਦਰ ਦਾਸ ਸਿਆਣ ਦੀ ਯਾਦ ਵਿੱਚ। ਕਿਉਂ? ਸ਼ਬਦ ਦੀ ਕਮਾਈ ਫਿਰ ਇੰਨੀ ਕੀਤੀ, ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਗੁਰੂ ਨਾਨਕ ਪਾਤਸ਼ਾਹ ਦੇ ਇੰਨੇ ਗੁਣ ਗਾਏ ਗੁਰਮੁਖੋ, ਜਿਹਨੇ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾਂ। ਭਾਗਾਂ ਵਾਲੇ, ਸਤਿਗੁਰੂ ਕਿਰਪਾ ਕਰਨ, ਸਤਿਗੁਰੂ ਬਖਸ਼ਿਸ਼ ਕਰਨ, ਅਗਾਂਹ ਨਹੀਂ ਜਾਂਦੇ, ਆਪਣੀ ਵੀ ਅਰਦਾਸ ਕਰਿਓ ਸਤਿਗੁਰ ਦੇ ਚਰਨਾਂ ਵਿੱਚ, ਦਾਸ ਗਰੀਬ ਦੀ ਮਹਾਰਾਜ ਕਿਰਪਾ ਕਰਿਓ, ਸਾਨੂੰ ਸਾਰਿਆਂ ਨੂੰ ਆਪਣੀ ਭਗਤੀ ਬਖਸ਼ੋ, ਸੱਚੀ ਸੁੱਚੀ ਕਿਰਤ ਵੀ ਕਰੀਏ ਅਤੇ ਨਾਲ ਨਾਲ ਭਗਤੀ ਵੀ ਬਖਸ਼ੋ ਮਹਾਰਾਜ।